ਨਾਂ ਕਿਦੋੜਾ ਨਾਂ ਕਿਸ਼ਨ ਚੰਦ ਦੱਸਿਆ ਕਿਸੀ ਆ ਡੀਸੀ ਆਫਿਸ ਡੀਸੀ ਸਾਹਿਬ ਸਾਰਾ ਚੋਰੀ ਹੋਈ 10 ਤਰੀਕ ਸਾਰੇ ਮੈਂ ਨੂੰ ਬਿਮਾਰ ਹੋ ਨਾ ਬੱਚਾ ਆ ਸਾਲ ਤੇ ਉਹ ਆ ਸਾਲ ਸਾਰੇ ਕਰਾ ਦਾ ਸਨ ਤਾਂ ਲਾ ਦਾ ਦੋ ਬੱਚੇ ਦੇ ਘਰ ਤੇ ਲੱਗ ਤੋ ਚੋਰੀ ਹੋਈ ਚੋਰੀ ਪੰਜੀ ਤੋਲੇ ਸੁਣਾ ਲਈ ਕੇ ਚੋਰੀ ਹੋਇਆ ਪੰਜੀ ਤੋਲੇ ਸੁਣਾ ਚਾਂਦੀ ਬੱਕਰੀ 50,000 ਰੁਪਇਆ ਉਹ ਰੱਖਿਆ ਬਿਲਕੁਲ ਲਾੜੀ ਬਿਮਾਰ ਹੋਈ ਕੋਈ ਜੰਮੂ ਜਾਣਾ ਪਵਾ ਕੇ ਫਿਰ ਜਾਣੇ ਪਵੇ ਉਹ दो बार गए परचा पुरचा दो बार आया दो बार आया घर पहले बढ़ गए फिर मैं आगे दपहरी गए फिर दपहरी गए फिर आगे शामी आना साहब ने फिर शामी गए त्रै 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 एक दिन त्रै बारी गए परचा पुरचा लिखे कोई उन्हें देखभाल नहीं पूछा मंगे कुछ भी मतलब कोई कार्रवाई नहीं हुई कोई कार्रवाई नहीं हुई इस मसले की ਸਾਡੇ ਮੇਰੇ ਕਚਰੇ ਜੀ ਦੋ ਇੱਕ ਮੁੰਡਾ ਹੋ ਰਿਹਾ ਇੱਕ ਉਹਦੀ ਇੱਕ ਮੇਰੀ ਜੀ ਉਹ ਰੁਜ਼ਗਾਰ ਆ ਸਾਡੇ ਕੋਲ ਜੀ ਕੋਈ ਜ਼ਮੀਨ ਨਹੀਂ ਕੋਈ ਕੁਛ ਨਹੀਂ ਜੀ ਉਹਦਾ ਤਾਂ ਉਹ ਚੋਰੀ ਹੋਈ ਕਦੋਂ ਚੋਰੀ ਹੋਈ ਪਰਸੋਂ ਜੀ ਰਿਪੋਰਟ ਨਹੀਂ ਕਰਾਈ ਥਾਣੇ ਹਾਂ ਕਰਾਈ ਜੀ ਫਿਰ ਗਏ ਉਹ ਤਾਂ ਉਹਨੇ ਨਿਯੁਕਤ ਲਾ ਕੇ ਗੁਜਰਨ ਦੇ ਮੁੰਡੇ ਮਾਰੇ ਲੈਂਦੇ ਭਰੀ ਵਾਲੇ ਸ਼ਾਮੀ ਉਹਨੇ ਸੱਦੀ ਵੀ ਦਿੱਤੀ ਕੁਦੇ ਸ਼ੱਕ ਹੈ ਤੁਹਾਨੂੰ ਉਹ ਵੀ ਜਿਹੜੇ ਲਾਗੇ ਬੰਨੇ ਮੰਦਰ ਦੇ ਲਾਗੇ ਆਇਰਮਾ ਮੰਦਰ ਦੇ ਲਾਗੇ ਬੰਨੇ ਗੁਜਰਨ ਜਿਹੜੇ ਜੀ ਉਹਦੇ ਸ਼ੱਕ ਹੈ ਸਾਨੂੰ ਕਿਹਾ ਜਾਨੂੰ ਸਾਡਾ ਮਾਲ ਮਿਲਣਾ ਚਾਹੀਦਾ ਜੀ ਤੁਹਾਨੂੰ ਇਹਨੇ ਸੱਜੇ ਨੇ ਸੁਣਾਇਆ ਬੇਸਿਕਲੀ ਤੇ ਅੱਜ ਇੱਥੇ ਆਈ ਸੀ ਪਰਟੇਨ ਤੇ ਅੱਜ ਡੀ ਸੀ ਸਾਹਿਬ ਕੀ ਘੱਟ ਕਰਦੀ ਹੈ ਕਿਉਂਕਿ ਪੁਲਿਸ ਵੀ ਜ਼ਿਆਦਾ ਪਰਟੇਨ ਕਰਦੀ ਆ ਐਸ ਐਸ ਪੀ ਸਾਹਿਬ ਵੀ ਅੱਜ ਨਵੇਂ ਆਏ ਨਾ ਕੋਸ਼ਿਸ਼ ਕਰਕੇ ਕੁੰਦ ਤੱਕ ਨਾ ਵੀ ਮਿਲਣ ਦੀ ਠੀਕ ਹੈ ਨਾ ਲੇਕਿਨ ਗੱਲ ਇਹ ਹੈ ਕਿ ਇਹ ਜਿਹੜੀ ਗੱਲ ਤੇ ਇਹਨੇ ਤੁਹਾਨੂੰ ਸੁਣਾਈ ਉੜੀ ਆ ਉਸੇ ਵਾਰ ਰਿਪੀਟ ਨਹੀਂ ਕਰਨਾ ਚਾਹੁੰਦਾ ਲੇਕਿਨ ਚੀਜ਼ਾਂ ਉਹ ਅਦੀਆਂ ਕਹਿਣ ਕਾਰਨ ਕੀ ਹੈ ਹੁਣ ਚਲੋ ਅੱਜ ਐਸ ਐਸ ਪੀ ਸਾਹਿਬ ਨਵੇਂ ਆਏ ਨੇ ਉਹਨੇ ਕਿ ਮੈਂ ਬਲੇਮ ਨਹੀਂ ਕਰ ਸਕਦਾ ਠੀਕ ਹੈ ਨਾ ਲੇਕਿਨ ਇੱਕ ਗੱਲ ਆਖਾਂਗਾ ਕਿ ਪੁਲਿਸ ਟੋਟਲੀ ਜਿਹੜੀ ਆ ਫੇਲ ਹੋਈ ਗਈ ਇਸ ਇਸ ਜਿਹੜਾ ਸਾਰੇ ਡਿਸਟ੍ਰਿਕਟ ਵਿੱਚ ਉਹ ਇੱਕ ਮਾਮਲਾ ਨਹੀਂ ਆ ਚੋਰੀਆਂ ਤੇ ਇੰਡੀਆ ਦੇ ਦੋ ਤੇ ਗਿਣਾ ਦੇਣ ਮੇਰੇ ਮਹੱਲੇ 6 ਹੋਈਆਂ ਨੇ ਕਿੰਨੇ ਜ਼ਿਆਦਾ ਚੋਰੀਆਂ ਹੋਈਆਂ ਨੇ ਇਹ ਕੋਈ ਪਿਛਲੇ ਸਾਲ 3 ਮਰਡਰ ਹੋਏ ਤੁਹਾਡੇ ਇਲਾਕੇ 'ਚ 3 ਮਰਡਰ ਹੋਏ ਉੱਥੇ ਹੈ ਨਾ 3 ਤਾਂ ਕੁਦਾ ਕੁਦਾ ਉਹ ਸੁੱਗਣ ਲੱਗੀ ਆ ਜਿੰਨੇ ਵੀ ਹੋਏ ਆ ਮੇਰੇ ਇਲਾਕੇ ਨਾਲ ਕਿੰਨੇ ਜ਼ਿਆਦਾ ਚੋਰੀਆਂ ਆਈਆਂ ਨੇ ਕਿੰਨਾ ਜ਼ਿਆਦਾ ਨਸ਼ਾ ਵਧੀ ਦਾ ਸਾਡੇ ਇਲਾਕੇ ਵਿੱਚ ਕੁਦਾ ਹੈ ਕਿ ਨਹੀਂ ਹੁਣ ਮੇਨ ਚੀਜ਼ ਕੱਲ੍ਹ ਤੁਸੀਂ ਦੇਖਿਆ ਮੈਂ ਤਾਂ ਕੱਲ੍ਹ ਜੰਮੂ ਚਲੀ ਰਹਾ ਕਿਉਂਕਿ ਵੈਸੇ ਉਹ ਫੋਨ ਕਰਾ ਰਹੇ ਕਿ ਜਿਹੜੇ ਉਹ ਨਗਰੀ ਲੋਕ ਜਿਹੜੇ ਵਿਚਾਰੇ ਕਿੰਨੀ ਦੁਖਦ ਹੈ ਮੈਂ ਤਾਂ ਸ਼ਰਧਾਂਜਲੀ ਕਰਾਂਗਾ ਕਿ ਇੱਕ ਪਿਓ ਪੁੱਤਰ ਵਿਚਾਰੇ ਯਾਦ ਹੈ ਕਸੂਰ ਕੋਈ ਨਹੀਂ ਠੀਕ ਹੈ ਨਾ ਹੁੰਦਾ ਜਿਵੇਂ ਟਰਾਲਿਆਂ ਨੇ ਥੱਲੇ ਲੈ ਲਿਆ ਐਕਸੀਡੈਂਟ ਹੁੰਦੇ ਨੇ ਮੈਂ ਉਹੀ ਮੰਨਣਾ ਹੈ ਕਿ ਐਕਸੀਡੈਂਟ ਇਹ ਨਹੀਂ ਕਿ ਕੋਈ ਇਹ ਪਹਿਲਾਂ ਹੋਇਆ ਲੇਕਿਨ ਕੁਛ ਐਕਸੀਡੈਂਟ ਜਿਹੜੇ ਨੇ ਉਹ ਮੈਂ ਆਖਾਂਗਾ ਕੁਤੇ ਨਾ ਕੁਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਰਨਾ ਖਾਸ ਕਰ ਪੁਲਿਸ ਦੀ ਲਾਪਰਵਾਹੀ ਕਰਨਾ ਜਿਹੜੇ ਨੇ ਉਹ ਆਦ ਨਾ ਅਗਰ ਇਹਦੇ ਬੰਕੁਸ਼ ਜਾਇਆ ਲਾਇਆ ਜਾ ਤੇ ਕੁਤੇ ਨਾ ਕੁਤੇ ਇੰਨੀ ਰੈਸ਼ ਡਰਾਈਵਿੰਗ ਬਿਨਾਂ ਕਾਗਜ਼ਾਂ ਦਾ ਚੱਲਣਾ ਜਿਹੜੀਆਂ ਇਹ ਚੀਜ਼ਾਂ ਨੇ ਇਹ ਕੁਤੇ ਬੰਦ ਹੋ ਹੀ ਸਕਦੀਆਂ ਨੇ ਲੇਕਿਨ ਕਿਉਂਕਿ ਕੋਈ ਕੁਸਾ ਦਾ ਮਰਦਾ ਹੈ ਸਾਨੂੰ ਕੀ ਲੱਗਾ ਔਰ ਮੈਂ ਇਹਦੇ ਕ੍ਰੈਸ਼ਨ ਉੱਪਰ ਵੀ ਬੋਲਣ ਚਾਹਾਂ ਗੱਲ ਇਹ ਆ ਠੀਕ ਹੈ ਪਰਚਾ ਸਲਾਣ ਹੈ ਟਰੱਕ ਡਰਾਈਵਰ ਨੂੰ ਪਰਚਾ ਤਾਂ ਲੱਗਿਆ ਗਿਆ ਠੀਕ ਨਾ ਜਿਹੜਾ ਟੈਂਪੋ ਡਰਾਈਵਰ ਹੈ ਲੇਕਿਨ ਵਿਭਾਗ ਪਰ ਕਿਉਂ ਨਹੀਂ ਲੱਗਿਆ ਮਾਈਨਿੰਗ ਵਿਭਾਗ ਪਰ ਮੈਂ ਤਾਂ ਆਖਣਾ ਕੋਸ਼ਿਸ਼ ਕਰਨੀ ਹੈ ਕਹਿੰਦੇ ਪਰਚਾ ਲੱਗਿਆ ਕਸੂਰਬਾਰ ਤੇ ਇਹਨ ਚੋਰੀ ਦੇ ਕਰਨਾ ਵੀ ਕਰਵਾ ਦੇਣਾ ਪੈਸੇ ਤੇ ਇਹ ਲੁੱਟਾ ਦੇ ਇੱਥੇ ਜਿਹਦੀ ਵਜ੍ਹਾ ਕਰਨੇ ਸਾਰੀ ਚੋਰੀ ਹੋ ਰਹੀ ਹੈ ਤੁਹਾਨੂੰ ਪਤਾ ਕਿੰਨਾ ਜ਼ਿਆਦਾ ਕ੍ਰੈਸ਼ਰ ਹੈ ਕੁਸੇ ਮੀ ਲੱਗਦਾ ਨਹੀਂ ਹੈ ਕਿ 95% ਕ੍ਰੈਸ਼ਰ ਵਾਲੇ ਕੋਲ ਕਾਗਜ਼ ਹਨ ਕੁਸੇ ਕੋਲ ਕਾਗਜ਼ ਕਿ ਨਹੀਂ ਹਨ ਐਨਜੀਟੀ ਨੇ ਕਦੋਂ ਦੇ ਬੰਦ ਕੀਤੇ ਨੇ ਕ੍ਰੈਸ਼ਰ ਇਹ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਦੋਂ ਦੇ ਬੰਦ ਕੀਤੇ ਉਹਨੇ ਆਖਿਆ ਬੰਦ ਕਰੋ ਏ ਠੀਕ ਹੈ ਨਾ ਲੇਕਿਨ ਕੋਈ ਵੀ ਜਿਹੜਾ ਹੈ ਉਹਦੇ ਮਾਮਲੇ ਕਰੀ ਰਾਜੀ ਨਹੀਂ ਪੋਲੂਸ਼ਨ ਕੁਸੇ ਕੋਲ ਵੀ ਨਹੀਂ ਹੈ ਹੈ ਲੇਕਿਨ ਫਿਰ ਵੀ ਕ੍ਰੈਸ਼ਰ ਚੱਲ ਜਾਂਦਾ ਜਿਸ ਵਿਭਾਗ ਨੇ ਇਹਨੇ ਕੀ ਚੈੱਕ ਕਰਨਾ ਆ ਉਹਦਾ ਕੀ ਕੰਮ ਹੈ ਤੁਸੀਂ ਦੇਖੋ ਕਿ ਰਾਵੀ ਦਾ ਜਿਹੜਾ ਤੇ ਸਾਰੇ ਪੰਡੋਰੀ ਦਾ ਕੰਨਾ ਕੱਚੇ ਰਸਤਾ ਬਣਾ ਲਾ ਪੰਜਾਬ ਕੀ ਜਾਣੇਗੀ ਪੰਜਾਬ ਰਸਤਾ ਹੈ ਮਿਗੀ ਲੱਭਾ ਦਾ ਤੁਹਾਨੂੰ ਲੱਭਾ ਦਾ ਤੇ ਬਾਕੀ ਵਾਲੇ ਲੋਕਾਂ ਹੀ ਕਹਿਣ ਲੱਭਾ ਦਾ ਮੇਨ ਕਾਰਨ ਇਹ ਹੈ ਕਿ ਮੇਨ ਦੱਸੋਗੇ ਜਿਹੜੇ ਡੰਪਰ ਜਿਹੜਾ ਐਕਸੀਡੈਂਟ ਹੋਇਆ ਦੇ ਖਾਲੀ ਮਾਈਨਿੰਗ ਉੱਥੇ ਨਹੀਂ ਦੇਖੋ ਪਹਾੜੀਆਂ ਜਿਹੜੀ ਕਟੋਈਆਂ ਉੱਪਰ ਕੰਢੀ ਸਾਰੇ ਪਾਵਣਾ ਮੈਂ ਉਹਦੀ ਗੱਲ ਨਹੀਂ ਕਰਨਾ ਮੈਂ ਸਾਰੇ ਦੀ ਗੱਲ ਲਾਵਣਾ ਮੈਂ ਬਲੌਰ ਦੀ ਵੀ ਗੱਲ ਕਰਨਾ ਮੈਂ ਰੜ ਦੀ ਵੀ ਗੱਲ ਕਰਨਾ ਮੈਂ ਉੱਜੀ ਦੀ ਵੀ ਗੱਲ ਕਰਨਾ ਮੈਂ ਕੱਲੀ ਉਹਦੀ ਨਹੀਂ ਕਰਨਾ ਕਿ ਲੇਕਿਨ ਕਿਉਂਕਿ ਸਿਸਟਮ ਇੱਕ ਹੈ ਮਾਈਨਿੰਗ ਵਿਭਾਗ ਇੱਕ ਹੈ ਜਿਹੜਾ ਇਹਨੇ ਕਿ ਕੰਟਰੋਲ ਕਰਦਾ ਮੈਂ ਤਾਂ ਉਸੇ ਕੁ ਚਿੰਨਿਤ ਕਰਨਾ ਕਿ ਬਈ ਇੱਕ ਕ੍ਰੈਸ਼ਰ ਕੀ ਦਾ ਅਸਰ ਲਾ ਹੀ ਲਿਆ ਲੇਕਿਨ ਮੈਂ ਤਾਂ ਆਖਣਾ ਕਿ ਜਿਹੜਾ ਇਹ ਚੀਜ਼ ਹੈ ਇਹ ਕਹਿ ਕਿਉਂਕਿ ਕਾਰਨ ਕੀ ਹੈ ਕਿ ਮੋਟੇ ਪੈਸੇ ਲਿਆ ਦੇ ਤੁਹਾਨੂੰ ਪਤਾ 3 ਰੁਪਏ ਰੇਟ ਹੈ ਪਰ ਸਕੁਅਰ ਫੁੱਟ ਦਾ ਠੀਕ ਹੈ ਨਾ ਇਹਨਾਂ 3 ਰੁਪਏ ਰੇਟ ਹੈ ਲਿਆ ਦੇ ਕਿੰਨੇ ਨੇ 40 45 ਅੰਨੇ ਹੋ ਜਾਣਗੇ ਇਹ ਲੋਕ ਜਿਹੜੇ ਮਾਈਨਿੰਗ ਦੇ ਲੋਕ ਨੇ ਇਹਨਾਂ ਨੂੰ ਪਤਾ ਕਿੰਨੇ ਪੈਸੇ ਲੱਗੇ ਤੁਹਾਨੂੰ ਉੱਥੇ ਹੈ ਕਿਉਂ ਕਿਉਂਕਿ ਮੋਟੇ ਪੈਸੇ ਮਿਲੇ ਸਾਡੇ ਲੋਕਲ ਮੁੰਡੇ ਟਰੈਕਟਰ ਵਾਲੇ ਜਾਂਦੇ ਨੇ ਗੱਲ ਇਹ ਆ ਉਹ ਲੋਕ ਉਹਨੇ ਵਿਚਾਰੇ ਮਾਲ ਗਾ ਨਹੀਂ ਦਿੰਦੇ ਆਣੇ ਲੇਕਿਨ ਕਿਉਂਕਿ ਸਾਰਾ ਮਾਲ ਪੰਜਾਬ 'ਚ ਜ਼ਿਆਦਾ ਤੁਸੀਂ ਪੁਲਿਸ ਦੇ ਜਿੰਨੇ ਨਾਕੇ ਹਨ ਕਿੰਨੇ ਵਾਰੀ ਲੋਕੇ ਵੀਡੀਓ ਵਿੱਚ ਲਾਏ ਨੇ ਉਹ ਲੋਕ ਹੈ ਕਿ ਲੋਕੇ ਨਾਕੇ ਦੇ ਉੱਪਰ ਪੈਸੇ ਲੈ ਦੇਣ ਹੈ ਕੋਈ ਕਿਸੇ ਨੇ ਐਕਸ਼ਨ ਲਿਆ ਹੈ ਹੈ ਕਿਉਂਕਿ ਸਾਰੀ ਕਲੈਕਸ਼ਨ ਪਰ ਲੱਗੀ ਪਈ ਦੇ ਇਹ ਇੰਨੀ ਜ਼ਿਆਦਾ ਲੈਣ ਦੀ ਲਗਦੀ ਲਖਨਪੁਰ ਲਾਈ ਲਓ ਇੱਧਰ ਲਾਈ ਲਓ ਦੂਗਾ ਲਾਈ ਲਓ ਜਿਹੜਾ ਪੰਜਾਬ ਵਾਲਾ ਪਾਸਾ
ਕਿਤੇ ਲਾਈ ਲਓ ਕਿਹੜਾ ਆਪਣਾ ਕੋਟਪੂਨ ਵਾਲਾ ਪਾਸਾ ਹੈ ਮਿਗੀ ਲੱਭਦੀ ਹੈ ਤੁਹਾਨੂੰ ਲੱਭਦੀ ਹੈ ਬਾਕੀਆਂ ਨੇ ਕਹਿਣ ਲੱਭਦੇ ਤੁਹਾਨੂੰ ਪਤਾ ਇੱਕ ਵਾਰ ਲਾਗ ਰਾਘਵ ਲੰਗਰ ਹੋਣੇ ਇੱਥੇ ਇੱਕ ਮਾਲ ਕੋਈ 6000 ਪਤਾ ਮੀਟਰਿਕ ਟਨ ਪਤਾ ਕਿੰਨਾ ਫੜਿਆ ਹੋ ਹੈ ਉਹ ਪੂਰਾ ਪੂਰਾ ਢੇਰ ਹੀ ਗੈਬ ਹੋਈ ਆ ਕੁਣ ਕਰਾਇਆ ਉਹ ਇੱਕ ਉਹਨੇ ਰਿਪੋਰਟ ਕੀਤੀ ਮੇਰੇ ਕੋਲ ਕਾਪੀ ਆ ਉਹਦੀ ਹੈ ਅਤੇ ਪਤਾ ਨਹੀਂ 3.5 ਮੀਟਰਿਕ ਟਨ ਜਿਹੜੀ ਹੈ ਉਹ ਮਾਲ ਜਿਹੜਾ ਉਹ 50 ਕਰੋੜ ਰੁਪਇਆ ਰਾਘਵ ਲੰਗਰ ਸਾਹਿਬ ਲਿਖੀ ਹੈ ਕਹਿੰਦੇ ਕਿ 50 ਕਰੋੜ ਦਾ ਲਾਸ ਜਿਹੜਾ ਹੈ ਉਹ ਜਿਹੜਾ ਉਹ ਹੀ ਆ ਜਿਹੜਾ ਸਾਨੂੰ ਰੈਵਨਿਊ ਨਹੀਂ ਹੋਇਆ ਉਹਦਾ ਔਰ ਜਿਹੜਾ ਇਹਦੇ ਰਾਵੀ ਵਿੱਚ ਆ ਔਰ ਬਾਕੀ ਜਗ੍ਹਾ ਹੋਇਆ ਹੈ ਗੱਲ ਇਹ ਆ ਕੀ ਕੀਤਾ ਉਹਦਾ ਕੋਈ ਐਕਸ਼ਨ ਹੋਇਆ ਉਹਦਾ ਕੋਈ ਹੈ ਕਿਉਂਕਿ ਸਾਰਾ ਸਿਸਟਮ ਜਿਹੜਾ ਮੈਂ ਆਖਾਂ ਜਿਹੜੇ ਕੁਤਾ ਨਾ ਕੁਤਾ ਇਹ ਇਹਦੇ ਲੋਕ ਨੇ ਇਹ ਲਿੰਕਡ ਨੇ ਸਾਰੇ ਗਏ ਉਹ ਸਾਰੇ ਮਿਲਣ ਸਾਰੇ ਕੀ ਹਿੱਸਾ ਮਿਲਦਾ ਮੈਂ ਤੁਸੀਂ ਲੈਣਾ ਕਿ ਮਿਲੀ ਭਗਤ ਹੈ ਮਾਈਨਿੰਗ ਵਿਭਾਗ ਦੀ ਪੁਲਿਸ ਦੀ ਆਪੂ ਜੀ ਮਿਲੀ ਭਗਤ ਬਿਲਕੁਲ ਕਿਉਂ ਨਹੀਂ ਹੈ ਮੈਂ ਦੱਸੂ ਨਾ ਜੇ ਅਗਰ ਉਸ ਟਰੈਕਟਰ ਜਿਹੜਾ ਟਰਾਲਾ ਆ ਜਿਹੜਾ ਓਵਰਲੋਡ ਨਹੀਂ ਚੱਲਦੇ ਗੇ ਸਾਰੇ ਲੋਕੇ ਬਾਡੀ ਦੇ ਉੱਪਰ ਉਹ ਵੈਲਡਿੰਗ ਕੀਤੀ ਦੀ ਹੈ ਮਿਗੀ ਲੱਭਦੀ ਤੁਹਾਨੂੰ ਲੱਭਦੇ ਜਿਹੜਾ RTO ਵਿਭਾਗ ਉਸੀ ਕਹਿੰਦੇ ਲੱਭਦਾ ਹੈ ਜਾਂ ਬਾਕੀ ਵਾਲੇ ਲੋਕ ਉਹਨੇ ਕਹਿੰਦੇ ਲੱਭਦਾ ਅਗਰ ਉਹ 10 ਟਨ ਮਾਲ ਚੁੱਕਦਾ ਤਾਂ ਉਹ 20 ਚੁੱਕਦਾ ਠੀਕ ਹੈ ਨਾ ਅਗਰ ਉਹ 5 ਟਨ ਚੁੱਕਦਾ ਹੈ ਠੀਕ ਹੈ ਨਾ ਤਾਂ ਉਹ 10 ਟਨ ਲਈ ਜ਼ਿਆਦਾ ਮਿਗੀ ਕਿਉਂ ਉਹਦਾ ਐਕਸੀਡੈਂਟ ਹੈ ਕਿਉਂਕਿ ਬ੍ਰੇਕ ਲਾਉਣ ਦੀ ਸਥਿਤੀ 'ਚ ਉਹ ਜਿਹੜਾ ਟਰਾਲਾ ਹੈ ਉਹ ਹੁੰਦਾ ਵੀ ਨਹੀਂ ਹੈ ਅਤੇ ਮੇਰਾ ਆਖਣ ਦਾ ਮਤਲਬ ਇਹ ਹੈ ਕਿ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਇੱਕ ਕੰਡਾ ਜ਼ਰੂਰੀ ਹੁੰਦਾ ਕੰਡਾ ਮੈਂਡੇਟਰੀ ਲਿਖਦਾ ਇਹਦੀ ਆਪਣੀ ਗਾਈਡਲਾਈਨ ਹੈ ਮਾਈਨਿੰਗ ਵਿਭਾਗ ਦੀ ਕਿ ਕੰਡਾ ਜਿਹੜਾ ਉਹ ਉਸ ਕ੍ਰੈਸ਼ਰ ਦੇ ਉੱਪਰ ਚਾਹੀਦਾ ਕਿਉਂ ਨਹੀਂ ਕੰਡਾ ਕੋਈ ਚੱਕ ਉਹ ਮੈਂ ਵੀ ਲਵਾਉਣਾ ਮੈਂ ਲਵਾਉਣ ਜਾਣਾਗੇ ਉੱਥੇ ਠੀਕ ਹੈ ਨਾ ਮੇਰਾ ਮਤਲਬ ਆਖਣ ਦਾ ਰਿਸੋਰਸਿਸ ਸਾੜੇ ਨੇ ਠੀਕ ਹੈ ਨਾ ਕਹਿ ਸੜਕਾਂ ਸਾਰੀਆਂ ਨੇ ਖਰਾਬ ਕਰੀ ਰੱਖੀਆਂ ਇਹ ਸਾਰਾ ਕਿੜੀਆਂ ਕਨਾਲ ਦਾ ਪੁਲ ਹੈ ਲੱਗ ਹੈ ਠੀਕ ਹੈ ਨਾ ਕਿੜੀਆਂ ਕਨਾਲ ਦਾ ਪੁਲ ਹੈ ਔਰ ਜੇ ਪੰਡੋਰੀ ਵਾਲਾ ਬ੍ਰਿਜ ਜਾਈਏ ਕੰਡੀਸ਼ਨ ਦੇਖੋ ਉਹਦੀ ਉਹ ਸਾਲਾ 6 ਮਹੀਨੇ ਕੀ ਕੋਈ ਪੁੱਠਾ ਹੋ ਜਾਣਾ ਜਿਹੜਾ ਬ੍ਰਿਜ ਆ ਉਹ ਕਹਿ ਕਿਉਂਕਿ ਉਹਨੇ ਪੈਸੇ ਕਮਾ ਦੇਣ ਲੋਕ ਮੇਰਾ ਆਖਣ ਦਾ ਮਤਲਬ ਇਹ ਹੈ ਕਿ ਕੁਦਰਤ ਕੁਦਰਤ ਰਸਤੇ ਬਣਦੇ ਜਿੱਥੇ ਇਹਦੀ ਲੀਜ਼ ਹੈ ਜਿਹੜੀ ਲੀਜ਼ ਵਾਲੀ ਜਗ੍ਹਾ ਹੈ ਹੈ ਉੱਥੇ ਲੀਜ਼ ਹੁੰਦੀ ਕਿ ਨਹੀਂ ਉੱਥੇ ਪੁੱਟਦਾ ਕੋਈ ਨਹੀਂ ਹੈ ਹੈ ਲੀਜ਼ ਕੁਦਰਤ ਇੱਥੇ ਹੈ ਪਰਚੀ ਦੇਖੋ ਤੁਹਾਨੂੰ ਸੁਣਾਉਣਾ ਈ ਪਰਚੀ ਪਿੱਛੇ ਪਠਾਨਕੋਟ ਦੇ ਲੋਕਾਂ ਫੜਿਆ ਉਹ ਉਹਨੇ ਲੈਟਰ ਲਿਖਿਆ ਸਾਡੀ J&K ਸਰਕਾਰ ਕੀ ਕਿ ਬਈ ਅਸੀਂ ਪਰਜੇ ਈ ਪਰਚੇ ਤੁਸੀਂ ਜਿਹੜੀ ਉਹ ਈ ਫਾਰਮ ਕੀ ਹੁੰਦਾ ਤੁਸੀਂ ਤੁਸੀਂ ਡੁਪਲੀਕੇਟ ਜਿਹੜਾ ਇਸ਼ੂ ਕਰਾ ਲਏ ਲੋਕਾਂ ਕੋਲੋਂ 4-4 ਵਾਰੀ ਯੂਜ਼ ਕਰਾ ਦੇਣ ਅਤੇ ਬਈ ਇਹਦੇ ਪਰ ਕਾਰਵਾਈ ਕਰੋ ਕਿਆ ਕਾਰਵਾਈ ਕਿਸੇ ਨੇ ਕੀਤੀ ਕਿਸੇ ਨੇ ਆਦਮੀ ਨੇ ਕਾਰਵਾਈ ਕੀਤੀ ਹੈ ਵੱਧ ਕਿਸਮ ਦੀ ਕਹਿੰਦਾ ਜਿਹੜੇ ਕੋਈ 2-4 ਲੀਡਰ ਵੀ ਹੈ ਜਿਹੜੇ ਬੋਲਦੇ ਨਾ ਉਹਨੇ ਆਪੂ ਕ੍ਰੈਸ਼ਰ ਲਾਏ ਦੇ ਬਿਲਕੁਲ ਉਹਨੇ ਵੀ ਗੱਲ ਕੀਤੀ ਹੈ ਉਹਨੇ ਵੀ ਗੱਲ ਕੀਤੀ ਹੈ ਕੱਲ੍ਹ ਵੀ ਉਹ ਲੋਕ ਆਏ ਦੇ ਮੈਂ ਜੰਮੂ ਚਲੀ ਦਾ ਤੁਹਾਨੂੰ ਸੁਣਾਇਆ ਨਾ ਕਿ ਅਸੀਂ ਗੱਲ ਕੀਤੀ ਹੈ ਮੈਂ ਇੱਕ ਰਿਪ੍ਰੈਜੈਂਟੇਸ਼ਨ ਵੀ ਉਹ ਲੋਕ ਬਣਾ ਦੇਣਾ ਅਸੀਂ ਆਖਿਆ ਰਿਪ੍ਰੈਜੈਂਟੇਸ਼ਨ ਦਿਓ ਮੈਂ ਡਾਕਟਰ ਸਾਹਿਬ ਨੇ ਵੀ ਕੀਤੀ ਗੱਲ ਉਹਨੇ ਵੀ ਕੀਤੀ ਗੱਲ ਔਰ ਉਹਨੇ ਬੜਾ ਕੜਾ ਸੰਗਿਆਨ ਲਿਆ ਇਹਦਾ ਪਤਾ ਨੂੰ ਸੁਣਾਉਣਾ ਉਹ ਬੜੇ ਸੀਰੀਅਸ ਹੋਈ ਇਹਦੇ ਉੱਪਰ ਉਹਨੇ ਆਖਿਆ ਤਾਂ ਗਲਤ ਗੱਲ ਹੈ ਦੋ ਜਾਨਾਂ ਚਲੀ ਸਾਡੀਆਂ ਪਹਿਲੇ ਵੀ ਗਈ ਇੱਕ ਲੇਡੀ ਵਿਚਾਰੀ ਮਰੀ ਸੀ ਕਿੰਨੇ ਲੋਕ ਚਲੀ ਗਏ ਨਾ ਗੱਲ ਇਹ ਹੈ ਲੇਕਿਨ ਕਿਆ ਅਸੀਂ ਤਮਾਸ਼ਾ ਦੇਖਦੇ ਰਹੋਗੇ ਕਿ ਇਹ ਲੋਕ ਜੇਬਾਂ ਭਰਦੇ ਰਹੋਗੇ ਇੱਥੇ ਆਈ ਹੈ ਤਾਂ ਅਸੀਂ ਲੋਕ ਤਮਾਸ਼ਾ ਦੇਖਦੇ ਰਹੋਗੇ ਆ ਸਾਡਾ ਤਾਂ ਕੋਈ ਹਿੱਸਾ ਨਹੀਂ ਨਾ ਇਹਦੇ 'ਚ ਠੀਕ ਹੈ ਨਾ ਜਿਹਨੇ ਲੈਦਾ ਹੋਊਗਾ ਤੁਸੀਂ ਫੜੋ ਨਾ ਜਾਈਏ ਸਿੱਧੀ ਗੱਲ ਹੈ ਅਤੇ ਇਸ ਵਾਸਤੇ ਜਿਹੜਾ ਸਮਾਜ ਵਿਵਸਥਾ ਪਰ ਉਂਗਲੀ ਉਠਾ ਰਹੇ ਹੈ ਜੀ ਯਹਾਂ ਕੇ ਸਾਂਸਦ ਭਾਰਤੀ ਜਨਤਾ ਪਾਰਟੀ ਕੇ ਹੈ ਜੀ ਆਪ ਖੁਦ ਭਾਰਤੀ ਜਨਤਾ ਪਾਰਟੀ ਕੇ ਵਰਿਸ਼ਠ ਨੇਤਾ ਹੈ ਕਿਆ ਕਾਰਨ ਰਹਾ ਹੈ ਕਿ ਕਿਆ ਜਨ ਪ੍ਰਤੀਨਿਧੀਓ ਕਾ ਕੰਟਰੋਲ ਨਹੀਂ ਰਹਾ ਇਨ ਨੇਤਾਓਂ ਕੇ ਉੱਪਰ मुझे ये बताइए कि जनप्रतिनिधि ने जाकर या डंपर को रो नहीं रोकना वो पुलिस वाले ने रोकना है ठीक है ना जाके क्रशर को किसने चेक करना जब हम जाएंगे ना जिस दिन चेक करने बीजेपी वाले तो आप ही बोलोगे कि भाजपा वाले चेक करने चले गए मैं बोल रहा हूँ ना मैं भी भाजपा का हूँ ना सांसद को चेक करने सांसद को प्रेशर जाके हर चेक करना चाहिए तो जो माइनिंग विभाग बनाया वो क्यों बनाया हुआ है हम बोल रहे हैं ना उनके उनके कहने पर ही हम बोल रहे हैं इसलिए बोल रहे हैं कि जो हमारा दामन साफ है जिनका गंदा है वो डरे ना जाके तो इसलिए मैं कह रहा हूँ कि उसको हम ये ना करें कि इस पर प्रश्न चिन्ह उस पर सिस्टम को ठीक करने का प्रयास करें ये हमारा हम कभी भाजपा कांग्रेस हो गया चुनाव हो गया वो अब ठीक है ना अब भाजपा अब समाज है ये समाज है इसको कैसे ठीक करना अगर एक बुराई कोई पनप रही है चोरियाँ तो मेरे मोहल्ले में 6 चोरियाँ हो गई एक का भी नहीं पता चला आज तक इतनी ज़्यादा चोरियाँ हो गई हैं क्योंकि ये क्या है कि क्योंकि जो जिन लोगों को जो काम करना चाहिए वो काम ये नहीं कर रहे हैं मैंने आपको बताया कि जो सुप्रीम कोर्ट के ऑर्डर हैं उनकी वायलेशन है रावी में तो खनन हो ही नहीं सकता कैसे हो रहा है यहाँ पे मुझे बताइए हैं जो उज्जवला इसमें कहाँ लौड़े जो पर्ची चलती है वो बिलावर की ये सारी चीज़ें जो है ये कहीं ना कहीं आपको ये पार्टी पॉलिटिक्स से ऊपर उठकर हमें ये देखना होगा कि समाज को कैसे बचाना है।